ਕਿਸ ਗੱਭਰੂ ਨੂੰ ਦੇਖ ਕੇ ਦੱਸੋ ਕਿ ਕੀ ਲੱਗਦਾ ਹੈ ਕਿ ਪੰਜਾਬੀ ਹੈ ਜਾਂ ਕੋਈ ਅੰਗਰੇਜ਼ ਹੈ ਕਿਉਂਕਿ ਇੰਟਰਵਿਊ ਜਿਹੜੀ ਹੈ ਉਹ ਮੈਂ ਪਿਓਰ ਪੰਜਾਬੀ 'ਚ ਕਰਨੀ ਆ ਔਰ ਇਹ ਜੇਕਰ ਅੰਗਰੇਜ਼ ਹੋਏ ਤਾਂ ਇਹਨਾਂ ਨੂੰ ਪੰਜਾਬੀ ਸਮਝਣੀ ਬੜੀ ਮੁਸ਼ਕਲ ਹੋ ਜੂਗੀ ਪਿਓਰ ਪੰਜਾਬੀ ਨਹੀਂ ਹੈ ਨਾ ਉਹ ਅੰਗਰੇਜ਼ੀ ਇਹਦੇ 'ਚ ਉਹਦੇ 'ਚ ਅੰਗਰੇਜ਼ੀ ਹੈ ਮਿਲਾਵਟ ਮਿਲਾਵਟ ਇਹ ਮਿਲਾਵਟ ਹੈ ਤੇ ਉਹ ਕਹਿੰਦੇ ਕਿ ਪੰਜਾਬ ਦੀ ਪਾਣੀ ਦੇ 'ਚ ਇਹਨੀ ਮਿਲਾਵਟੀ ਹੋ ਗਿਆ ਤੁਹਾਡੇ ਬਾਰੇ ਪਤਾ ਲੱਗਿਆ ਵੀ ਤੁਸੀਂ ਪੰਜਾਬੀ ਹੋ ਤੁਸੀਂ ਪੰਜਾਬੀ ਆਪਣੇ ਆਪ ਨੂੰ ਕਿਵੇਂ ਕਹਿੰਦੇ ਹੋ ਕਿ ਤੁਹਾਨੂੰ ਦੇਖ ਕੇ ਨਹੀਂ ਲੱਗਦਾ ਵੀ ਤੁਸੀਂ ਪੰਜਾਬੀ ਹੋ ਉਹ ਕੋਈ ਦਾਸੀ ਗੱਲ ਹੈ ਮੇਰੇ ਗੋੜੇ ਗੋੜੇ ਰੰਗ ਤੋਂ ਉਹਨੂੰ ਬੋਰਿੰਗ ਲੱਗਦਾ ਹੈ ਉਦਾਸ ਹੀ ਗੱਲ ਵੀ ਕੋਸ਼ਿਸ਼ ਕਰ ਰਿਹਾ ਹੈ ਜੀ ਮੇਰੇ ਸੋ ਮੇਰੇ ਮਿੱਤਰ ਜੀ ਪੰਜਾਬੀ ਹੈ ਉਹ ਮੇਰੇ ਖੂਨ 'ਚ ਹੈ ਅਤੇ ਵੀ ਬਚਪਨ ਦੇ 'ਚ ਮੈਂ ਗੁਰਦੁਆਰੇ ਗਿਆ ਹੈ ਨਾ ਸੋ ਉਹ ਵੀ ਇੱਕ ਖਾਸ ਪੰਜਾਬੀ ਗੱਲ ਹੈ ਤੁਸੀਂ ਨੌਕਰੀ ਦੀ ਗੱਲ ਕਰ ਰਹੇ ਸੀ ਮੈਨੂੰ ਸਾਡੇ ਸੀਐਮ ਦਾ ਇੱਕ ਬਿਆਨ ਚੇਤੇ ਆ ਗਿਆ ਜਦੋਂ ਪ੍ਰਚਾਰ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਅੰਗਰੇਜ਼ ਜਾਂ ਗੋਰੇ ਇੱਧਰ ਆ ਕੇ ਕੰਮ ਕਰਿਆ ਕਰਨਗੇ ਕੀ ਕਹਿਣਾ ਚਾਹੋਗੇ ਫਿਰ ਠੀਕ ਹੈ ਜੇ ਉਹ ਮੈਨੂੰ ਇੱਕ ਮੌਕਾ ਦੇ ਦੂੰਗੇ ਇੱਕ ਮੌਕਾ ਮੈਨੂੰ ਮਿਲਾਉਂਗੇ ਫਿਰ ਠੀਕ ਪੈਸੇ ਦੇ ਕੇ ਹਾਂ ਹਾਂ ਹੋਰ ਗੋੜੇ ਮੇਰੇ ਵਰਗੇ ਤੇ ਆਣਗੇ ਮੈਨੂੰ ਬੁਲਾ ਬੁਲਾ ਤੁਸੀਂ ਇੱਥੇ ਜੌਬ ਵੀ ਕਰਦੇ ਹੋ ਹਾਂ 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 ਕਿੰਨੇ ਟਾਈਮ ਤੋਂ ਕਰ ਰਹੇ ਹੋ ਔਰ ਕਿੱਥੇ ਕਰ ਰਹੇ ਹੋ ਇਹ ਵੀ ਹਾਂ ਸੋ ਡੇਢ ਸਾਲ ਹੋ ਗਿਆ ਹੈ ਇੱਕ ਰਿਸਰਚ ਕਰਨ ਤੋਂ ਉੱਤੇ ਹਾਂ ਸੀ ਸ਼ਾਇਦ ਕਿਉਂਕਿ 5 ਦਿਨ ਤੋਂ ਬਾਅਦ ਅਮਰਖ ਵਾਪਸ ਆਉਂਗਾ ਪੜਮ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਪੰਜਾਬ ਤੋਂ ਸੀ ਜਾਂ ਤੁਹਾਡੇ ਦਾਦਾ ਜੀ ਪੰਜਾਬ ਤੋਂ ਸੀ ਕੌਣ ਪੰਜਾਬ ਤੋਂ ਸੀ ਜਾਂ ਤੁਸੀਂ ਪੰਜਾਬ ਸੋ ਮੇਰੇ ਦਾਦਾ ਦਾਦੀ ਜੀ ਜਲੰਧਰ ਸਾਹਿਬ ਤੋਂ ਆਏ ਅਤੇ ਅੱਜ ਵੀ ਸਾਡੇ ਪਰਿਵਾਰ ਉੱਤੇ ਰਹਿੰਦੇ ਨੇ ਮੇਰੇ ਚਾਚਾ ਤਾਏ ਜੀ ਗੇੜੇ ਉੱਤੇ ਰਹਿੰਦੇ ਪਰ ਮੇਰੇ ਪਿਤਾ ਜੀ ਅਤੇ ਮੇਰੇ ਦਾਦਾ ਜੀ ਫੀਜੀ ਟਾਪੂ ਨੂੰ ਸ਼ਿਫਟ ਕੀਤੀ ਉੱਥੇ ਜਾ ਕੇ ਅਮਰਕੇ ਗਏ ਅਮਰਕੇ ਜਾ ਕੇ ਮੇਰੇ ਜਨਮ ਪਲ ਗਏ ਕਿਹੜੇ ਸਾਲ ਦੀ ਗੱਲ ਹੈ ਜਦੋਂ ਤੁਹਾਡੇ ਦਾਦਾ ਜੀ ਜਾਂਦੇ ਨੇ ਇੱਥੋਂ ਅਮਰੀਕਾ ਦੇ ਵਿੱਚ ਜਾਂਦੇ ਨੇ ਬਹੁਤ ਪੰਜਾਬੀ ਵਾਲੀ ਗੱਲ ਗਣੇ ਲਾਉਂਦੇ ਨੇ ਨਾ ਖੇਤੀਬਾੜੀ ਕਰਦੇ ਇੱਧਰ ਤੁਸੀਂ ਪੰਜਾਬ ਆਏ ਹੋ ਸਭ ਤੋਂ ਪਹਿਲਾਂ ਸਵਾਲ ਇਹ ਪੁੱਛੂੰਗੀ ਕਿ ਕਿਵੇਂ ਲੱਗਿਆ ਤੁਹਾਨੂੰ ਪੰਜਾਬ ਆ ਕੇ ਪੂਰੀ ਦੁਨੀਆ ਇਹੋ ਜਿਹੇ ਲੱਗਦੇ ਹੈ ਨਾ ਉਹ ਕਹਿੰਦੇ ਇੱਕ ਓਂਕਾਰ ਹੈ ਨਾ ਸੋ ਇੱਥੇ ਚੰਗੇ ਬੰਦੇ ਨੇ ਇੱਥੇ ਬੁਰੇ ਬੰਦੇ ਨੇ ਅੱਛਾ ਤੁਸੀਂ ਕਿਹਾ ਕਿ ਚੰਗੇ ਲੋਕ ਇੱਥੇ ਵੀ ਨੇ ਮਾੜੇ ਵੀ ਨੇ USA ਦੇ ਵਿੱਚ ਵੀ ਨੇ ਇੱਥੋਂ ਦੀ ਕਿਹੜੀ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਚੰਗੀ ਲੱਗੀ ਤੇ ਕਿਹੜੀ ਚੀਜ਼ ਬਹੁਤ ਜ਼ਿਆਦਾ ਬੁਰੀ ਲੱਗੀ ਮਾਸ ਮਨੂੰ ਸਭ ਤੋਂ ਸਵਾਲ ਲੱਗਦੀ ਹੈ ਲੋਕਾਂ ਨਾਲ ਮਿਲਣ ਮੈਨੂੰ ਬਹੁਤ ਚੰਗੀ ਲੱਗਦੀ ਹੈ ਪਰ ਇਸ ਤੋਂ ਇਲਾਵਾ ਵੀ ਸੰਸਥਾਪਕ ਅਲਖਾਂ ਤੇ ਥੋੜ੍ਹੀ ਜਿਹੀ ਮੁਸ਼ਕਲ ਹੋ ਜਾਂਦੀ ਹੈ ਭ੍ਰਿਸ਼ਟਾਚਾਰੀ ਅਸੀਂ ਕਹਿ ਸਕਦੇ ਹਾਂ ਫੁੱਡੂ ਲੋਕ ਜਾਂ ਫੁਕਰਪੁਨ ਪੂਰੀ ਦੁਨੀਆ ਦੇ ਵਿੱਚ ਪਰ ਵੀ ਇੱਥੇ ਰੇਸ ਨੇ ਉੱਧਰੋਂ ਜਦੋਂ ਤੁਸੀਂ ਆਉਂਦੇ ਹੋ ਘਰ ਦੇ ਵਿੱਚ ਵੀ ਬੋਲਦੇ ਸੀ ਕਿਉਂਕਿ ਜਿਹੜੀ ਪੰਜਾਬੀ ਹੈ ਉਹ ਜਦੋਂ ਅਸੀਂ ਤਾਂ ਇੰਨੀ ਕਲੈਰਿਟੀ ਨਾਲ ਤਾਂ ਬੋਲਦੇ ਹਾਂ ਕਿਉਂਕਿ ਸਾਡੇ ਘਰ ਦੇ ਵਿੱਚ ਬੋਲੀ ਜਾਂਦੀ ਹੈ ਹਨਾ ਤੁਹਾਨੂੰ ਆਪਣੇ ਮਾਤਾ ਪਿਤਾ ਤੋਂ ਸਿੱਖਣ ਨੂੰ ਮਿਲੀ ਜਾਂ ਦਾਦਾ ਦਾਦੀ ਤੋਂ ਜਾਂ ਇੱਧਰ ਆ ਕੇ ਸਿੱਖੀ ਕਿਤਾਬਾਂ ਫਿਲਮਾਂ ਭਗਵੰਤ ਮਾਨ ਜੀ ਦੀਆਂ ਕਸੈਤਾਂ ਇਸ ਤਰ੍ਹਾਂ ਦੀ ਗੱਲ ਗਾਣੇ ਪੁਰਾਣੇ ਗਾਣੇ ਚਮਕੀਲੇ ਵਗੈਰਾ ਇਹਦੇ ਜ਼ਰੀਏ ਮੈਂ ਇਸ ਤਰ੍ਹਾਂ ਦੀ ਠੇਠ ਪੰਜਾਬੀ ਨਹੀਂ ਬੋਲ ਸਕਦਾ ਹਾਂ ਪਰ ਇਸ ਤਰ੍ਹਾਂ ਦੀ ਗੱਲ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਤੁਸੀਂ ਜ਼ਿਕਰ ਕੀਤਾ ਕਿ ਚਮਕੀਲੇ ਦੇ ਗਾਣੇ ਸੁਣਦੇ ਹੋ ਹਾਂ ਅਤੇ ਅੱਜ ਕੱਲ੍ਹ ਵੀ ਬਹੁਤ ਲੋਕਾਂ ਦੀਆਂ ਸ਼ਾਇਰੀਆਂ ਜਦੋਂ ਤੁਸੀਂ ਇੱਕ ਕਬੱਡੀ ਕੱਪ ਜਾਂ ਕੁਸ਼ਤੀ ਟੂਰਨਾਮੈਂਟ ਜਾਂ ਟੋਰਚ ਮੁਕਾਬਲਾ ਜਾਂਦੇ ਹੋ ਉਦੋਂ ਜਦੋਂ ਉਹ ਕਮੈਂਟੇਟਰ ਉਹਨਾਂ ਦੀ ਸ਼ਾਇਰੀ ਸੁਣਾਉਂਦੇ ਸਭ ਤੋਂ ਸੋਹਣੀ ਗੱਲ ਹੈ ਪੰਜਾਬ ਇੰਨੀ ਸੋਹਣੀ ਜ਼ਬਾਨ ਹੈ ਲੋਕ ਇੱਥੇ ਕਹਿੰਦੇ ਨੇ ਕਿ ਆਹ ਸਿਰਫ ਟੁੱਪਣ ਦੇ ਸਿਰਫ ਟੋਟਕੇ ਹੈ ਪਰ ਇਹਨੂੰ ਸੋਹਣਾ ਮੈਨੂੰ ਲੱਗਦਾ ਹੈ ਸੋ ਹਾਂ ਇਸ ਤਰ੍ਹਾਂ ਦੀ ਪੰਜਾਬੀ ਮੈਨੂੰ ਸਭ ਤੋਂ ਸੋਹਣੀ ਲੱਗਦੀ ਹੈ ਸੋ ਇਹ ਤੋਂ ਮੈਂ ਸਿੱਖਿਆ ਅਤੇ ਇਸ ਕਰਕੇ ਸ਼ਾਇਦ ਆਮ ਗੱਲਬਾਤ ਦੇ ਵਿੱਚ ਮੈਂ ਥੋੜ੍ਹੀ ਜਿਹੀ ਨਲਾਇਕ ਹਾਂ ਕਿਉਂਕਿ ਉਹ ਆਮ ਗੱਲਬਾਤ ਨਹੀਂ ਹੈ ਪਰ ਮੈਂ ਕੋਸ਼ਿਸ਼ ਕਰ ਰਿਹਾ ਹਾਂ ਲੜੀ ਲਾਂਡਾ ਜੇ ਤੁਸੀਂ ਕਰੇ ਸੁਣਿਆ ਉਹ ਵੀ ਜਾਂ ਗੋਪੀ ਕੇਲੋਂ ਇਸ ਤਰ੍ਹਾਂ ਦੀ ਸ਼ਾਇਰ ਕਮੈਂਟਰੀ ਦੇ ਵਿੱਚ ਇੰਨੇ ਸੋਹਣੇ ਲੱਗ ਰਹੇ ਮੈਨੂੰ ਅਤੇ ਤੁਹਾਡੇ ਪਿਤਾ ਜੀ ਵੀ ਇਸੇ ਪ੍ਰਕਾਰ ਪੰਜਾਬੀ ਬੋਲਦੇ ਸੀ ਜਾਂ ਮਾਤਾ ਬਾਰੇ ਵੀ ਤੁਹਾਡੇ ਤੁਹਾਡੀ ਫੈਮਿਲੀ ਬਾਰੇ ਵੀ ਸਾਰਾ ਮੈਂ ਕਹਿੰਦੀ ਹਾਂ ਵਿਸਥਾਰ ਪੂਰਵਕ ਦੱਸੋ ਜਿਸ ਤਰੀਕੇ ਨਾਲ ਸ਼ਾਇਰ ਅਸੀਂ ਨਹੀਂ ਚਾਹੁੰਦੇ ਅਸੀਂ ਆਮ ਬੰਦੇ ਨੇ ਪਰ ਹਾਂ ਸੋ ਉੱਤੇ ਅਸੀਂ ਗਾਣੇ ਕਣਕ ਚੌਲ ਲਾਉਂਦੇ ਨੇ ਆਮ ਜੀ ਆਪਣੇ ਬਾਰੇ ਇੱਕ ਡਰਾਈਵਰ ਹੈ ਬੱਸ ਦਾ ਤੇ ਬਸ ਆਮ ਪਰਿਵਾਰ ਪਰਿਵਾਰ ਬਾਰੇ ਪੁੱਛ ਰਹੀ ਹਾਂ ਮਾਤਾ ਤੁਹਾਡੇ ਤੁਹਾਡੀ ਆਪਦੀ ਫੈਮਿਲੀ 'ਚ ਕੌਣ ਕੌਣ ਨੇ ਮੇਰੀ ਮਾਤਾ ਜੀ ਮੇਰੀ ਮਾਤਾ ਜੀ ਹੈ ਮੇਰੇ ਪਿਤਾ ਜੀ ਮੇਰੇ ਪਿਤਾ ਜੀ ਮੇਰੀ ਪਤਨੀ ਮੇਰੀ ਪਤਨੀ ਹੈ ਬਸ ਉਹ ਇੱਕ ਪ੍ਰੋਫੈਸਰ ਹੈ ਮੇਰੇ ਵਰਗੇ ਉਧਰੋਂ ਹੀ ਆ ਜਾਂ ਪੰਜਾਬ ਤੋਂ ਯੂਐਸਏ ਉਹ ਵੀ ਗੋੜੇ ਹੈ ਹੁਣ ਆਪਾਂ ਜਦੋਂ ਤੁਸੀਂ ਘਰ ਦੇ ਵਿੱਚ ਗੱਲ ਕਰਦੇ ਹੋ ਕਿ ਮੈਂ ਪੰਜਾਬ ਜਾਣਾ ਹੈ ਔਰ ਉੱਥੇ ਜਾ ਕੇ ਰਿਸਰਚ ਕਰਨੀ ਆ ਪਰਿਵਾਰ ਦਾ ਕੀ ਰਿਐਕਸ਼ਨ ਸੀ ਬਹੁਤ ਸ਼ੋਰ ਸ਼ਰਾਬਾ ਹੋ ਗਿਆ ਹੈ ਨਾ ਰੋਂਦੇ ਰੋਂਦੇ ਸੀ ਮੇਰੇ ਪੁੱਤ ਮੇਰੇ ਚੋਤ ਜੀ ਪੁੱਤ ਕਿਤੇ ਜਾਣਗੇ ਉਹ ਮਾਰ ਜੂ ਹੋ ਮਾਰ ਜੂ ਹੈ ਨਾ ਇਸ ਤਰ੍ਹਾਂ ਦੀ ਗੱਲ
ਵਾਲੀ ਗੱਲ ਅੰਮ੍ਰਿਤਸਰ ਵੱਲ ਗਏ ਹੋ ਹਮੰਦਰ ਸਾਹਿਬ ਗਿਆ ਇਧਰ ਉੱਤਰ ਗਿਆ ਹੈ ਨਾ ਅੱਛਾ ਜੀ ਜੀ ਕਿਵੇਂ ਦਾ ਮਹਿਸੂਸ ਹੋਇਆ ਉੱਥੇ ਜਾ ਕੇ ਕਿਉਂਕਿ ਇੱਕ ਤਰੀਕੇ ਨਾਲ ਤੁਹਾਡੇ ਔਰ ਆਪਣੇ ਸਭ ਦੇ ਕਲਚਰ ਨਾਲ ਜੁੜਿਆ ਸਭ ਤੋਂ ਸੋਹਣਾ ਥਾਂ ਆ ਹਾਂ ਸੋ ਅਸੀਂ ਕਹਿ ਸਕਦੇ ਕਿ ਮੇਰੀ ਸਭੀ ਅਛਾੜ ਮੇਰੀ ਪਿਛੋਕੜ ਦੇ ਏਰੀਆ ਚ ਇੱਕ ਫਰਕ ਸੀ ਪਰ ਵੀ ਇਸ ਤੋਂ ਇਲਾਵਾ ਜਦੋਂ ਮੈਂ ਬਚਪਨ ਚ ਸੀ ਉਦੋਂ ਮੈਂ ਵੀ ਗੁਰਦੁਆਰਾ ਗਿਆ ਇਹ ਮੋਰਚਾ ਕਿੰਨਾ ਲਈ ਲਾਇਆ ਇਹਦੀ ਕੀ ਲੋੜ ਪਈ ਸੀ ਮੋਰਚਾ ਲਾਉਣ ਦੀ ਬੰਦੀ ਸਿੰਘ ਕੌਣ ਨੇ ਬੰਦੀ ਸਿੰਘਾਂ ਨੇ ਕਿਹਾ ਜਾਂਦਾ ਨਾ ਕਿ ਇਹ ਮੋਰਚਾ ਲਾਉਣ ਜੁੱਤ ਇਨਕਾਊਂਟਰ ਜੁੱਤ ਮੁਕਾਬਲੇ ਅਸੀਂ ਕਹਿ ਸਕਦੇ ਹਾਂ ਨਾ ਸੋ ਇਸ ਇਤਿਹਾਸ ਦਾ ਉਹ ਜੁੱਤ ਇਨਕਾਊਂਟਰ ਦਾ 84 ਤੋਂ ਬਾਅਦ ਹਾਂ ਹਾਂ ਇਸ ਤਰ੍ਹਾਂ ਦੇ ਇਤਿਹਾਸ ਇੱਥੇ ਬਹੁਤ ਸਪਸ਼ਟ ਇੱਥੋਂ ਦੇ ਨੌਜਵਾਨਾਂ ਨੂੰ ਤੁਸੀਂ ਮਿਲਦੇ ਹੋਵੋਗੇ USA ਦੇ ਵਿੱਚ ਕਿਹਾ ਜਾਂਦਾ ਕਿ ਇਹੀ ਮੁੰਡੇ ਉੱਧਰ ਜਾ ਕੇ ਬਹੁਤ ਕੰਮ ਕਰਦੇ ਨੇ ਇੱਧਰ ਘੱਟ ਕਰਦੇ ਨੇ ਇਹੋ ਜਿਹਾ ਕੁਝ ਤੁਸੀਂ ਵੀ ਮਹਿਸੂਸ ਕੀਤਾ ਹਾਂ ਨਾ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਪਕਾ ਕਿਉਂਕਿ ਇੱਥੇ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ ਬਿਲਕੁਲ ਸਹੀ ਹੈ ਮੈਂ ਇਹਦੇ ਬਾਰੇ ਕੁਝ ਝੂਠ ਕਰੇ ਨਹੀਂ ਕਹਿ ਸਕਦਾ ਹਾਂ ਪਰ ਵੀ ਸਹੀ ਨਾਲ ਸਪਸ਼ਟ ਨਾਲ ਮੈਂ ਕਹਿ ਸਕਦਾ ਹਾਂ ਕਿ ਅਮਰੀਕੀ ਦੀ ਆਰਥਿਕ ਸਥਿਤੀ ਇੱਕੋ ਜਿਹਾ ਹੋ ਜਾ ਰਿਹਾ ਹੈ ਅੱਜ ਕੱਲ੍ਹ ਸੋ ਅਮਰੀਕਾ ਜਾਣ ਤੁਹਾਨੂੰ ਗੰਦੀ ਖਮ ਦੀ ਲੋੜ ਹੋ ਸਕਦਾ ਹੈ ਇਹ ਮੁਮਕਿਨ ਹੈ ਬਿਲਕੁਲ ਮੁਮਕਿਨ ਹੈ ਇਹ ਤੇ ਕੰਮ ਕਰਨ ਇੱਕ ਪੰਜਾਬ ਦੇ ਵਿੱਚ ਨਾ ਖਾਣਾ ਬੜਾ ਫੇਮਸ ਹੈ ਇੱਥੋਂ ਦਾ ਫੂਡ ਤੇ ਤੁਹਾਨੂੰ ਕਿਵੇਂ ਲੱਗਿਆ ਪਸੰਦ ਆਇਆ ਜਾਂ ਉੱਧਰ ਦਾ ਕਿਹੋ ਜਿਹਾ ਹੈ ਸੋ ਪੰਜਾਬੀ ਖਾਣਾ ਮੈਨੂੰ ਬਹੁਤ ਸਵਾਦ ਲੱਗਦਾ ਹੈ ਪਰ ਬੁਰਾ ਨਾ ਮੰਨੋ ਮੈਂ ਤੁਹਾਨੂੰ ਦੱਸਣਾ ਇੱਥੇ ਬਹੁਤ ਸਵਾਦ ਹੈ ਸਰ ਪਰ ਮੈਂ ਮਾਫ ਕਰੋ ਸਰ ਮੈਂ ਜ਼ਿਆਦਾ ਨਾਨ ਵੈਜ ਖਾਂਦਾ ਹਾਂ ਸੋ ਮੇਰੀ ਦਿਲ ਦੇ ਵਿੱਚ ਮੇਰੀ ਸੋਚ ਹੈ ਕਿ ਹਾਂ ਲੈਂਦੇ ਪੰਜਾਬ ਦੇ ਵਿੱਚ ਸ਼ਾਇਦ ਖਾਣਾ ਜ਼ਿਆਦਾ ਸਵਾਦ ਹੋ ਜੂ ਹੈ ਨਾ ਸੋ ਇਹ ਤੇ ਮੈਂ ਹਾਂ ਹਰ ਸਰਦੀ ਮੌਸਮ ਦੇ ਵਿੱਚ ਮੈਂ ਬਹੁਤ ਪਾਲਕ ਖਾਂਦਾ ਹਾਂ ਮੈਂ ਬਹੁਤ ਸਾਗ ਮੱਕੀ ਦੀ ਰੋਟੀ ਖਾਂਦਾ ਹਾਂ ਪੱਕਾ ਇਹ ਫੁੱਲਾਂ ਵਾਂਗਰਾਂ ਵਰ ਜਾਂਦੀ ਜਿਹੜੀ ਰੂਹ ਪੰਜਾਬ ਨੂੰ ਚਾਹੁੰਦੀ ਹੈ ਕੋਈ ਅਟਰੈਕਸ਼ਨ ਹੈ ਮੇਰੇ ਦੇਸ਼ ਅੰਦਰ ਕੋਈ ਅਟਰੈਕਸ਼ਨ ਹੈ ਮੇਰੇ ਦੇਸ਼ ਅੰਦਰ ਜਿਹੜੀ ਤੀਜੀ ਪੀੜ੍ਹੀ ਵੀ ਖਿੱਚ ਲਿਆਉਂਦੀ ਹੈ ਜਿਹੜੀ ਤੀਜੀ ਪੀੜ੍ਹੀ ਵੀ ਖਿੱਚ ਲਿਆਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੈਕਸਟ ਪੰਜਾਬ ਅਤੇ ਮੈਂ ਹਾਂ ਗਗਨ ਸਿੱਧੂ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗੀ ਕਿ ਇੱਕ ਵਾਰੀ ਕੈਮਰਾ ਹੈ ਜਿਹੜਾ ਇੱਧਰ ਘੁਮਾ ਦੇਣ ਕਿਉਂਕਿ ਮੈਂ ਇੱਕ ਸਵਾਲ ਹੈ ਜਿਹੜਾ ਉਹ ਸਾਡੇ ਦਰਸ਼ਕਾਂ ਨੂੰ ਪੁੱਛਣਾ ਹੈ ਕਿ ਇਸ ਗੱਭਰੂ ਨੂੰ ਦੇਖ ਕੇ ਦੱਸੋ ਕਿ ਕੀ ਲੱਗਦਾ ਹੈ ਕਿ ਇਹ ਪੰਜਾਬੀ ਹੈ ਜਾਂ ਕੋਈ ਅੰਗਰੇਜ਼ ਹੈ ਕਿਉਂਕਿ ਇੰਟਰਵਿਊ ਜਿਹੜੀ ਹੈ ਉਹ ਮੈਂ ਪਿਓਰ ਪੰਜਾਬੀ 'ਚ ਕਰਨੀ ਹਾਂ ਔਰ ਇਹ ਜੇਕਰ ਅੰਗਰੇਜ਼ ਹੋਏ ਤਾਂ ਇਹਨਾਂ ਨੂੰ ਪੰਜਾਬੀ ਸਮਝਣੀ ਬੜੀ ਮੁਸ਼ਕਲ ਹੋ ਜੂਗੀ ਤਾਂ ਪਹਿਲਾਂ ਤਾਂ ਵੀਰ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਾਹਿਬਾ ਜੀ ਹੁਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਪਿਓਰ ਪੰਜਾਬੀ ਨੇ ਕਿਉਂਕਿ ਤੁਸੀਂ ਅਟਰੈਕਸ਼ਨ ਮੈਨੂੰ ਦੱਸ ਲੁਬਾਵਨੇ ਕੀ ਲੁਬਾਵਨੇ ਵਾਲੀ ਗੱਲ ਦੇ ਬਾਰੇ ਨਹੀਂ ਗੱਲ ਕਰ ਰਹੇ ਸੀ ਸੋ ਪਿਓਰ ਪੰਜਾਬੀ ਨਹੀਂ ਹੈ ਨਾ ਉਹ ਅੰਗਰੇਜ਼ੀ ਇਹਦੇ ਵਿੱਚ ਉਹਦੇ ਚ ਅੰਗਰੇਜ਼ੀ ਹੈ ਮਿਲਾਵਟ ਮਿਲਾਵਟ ਇਹ ਮਿਲਾਵਟ ਹੈ ਤੇ ਉਹ ਕਹਿੰਦੇ ਕਿ ਪੰਜਾਬ ਦੀ ਪਾਣੀ ਦੇ ਵਿੱਚ ਇੰਨੀ ਮਿਲਾਵਟ ਹੀ ਹੋ ਗਿਆ ਅਟਰੈਕਸ਼ਨ ਇਹ ਤੁਹਾਡੇ ਵਾਸਤੇ ਵੀ ਤੁਹਾਨੂੰ ਸਮਝ ਆ ਜੇ ਮੇਰੀ ਸ਼ੇਅਰ ਹਾਂ 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 ਸਮਝ ਆਈ ਹੋਊਗੀ ਹਾਂ ਕਿਉਂਕਿ ਅਟਰੈਕਸ਼ਨ ਇੱਕ ਅੰਗਰੇਜ਼ੀ ਸ਼ਬਦ ਇਸ ਕਰਕੇ ਸਮਝ ਮੈਨੂੰ ਆਏ ਤੁਹਾਡੇ ਬਾਰੇ ਪਤਾ ਲੱਗਿਆ ਵੀ ਤੁਸੀਂ ਪੰਜਾਬੀ ਹੋ ਤੁਸੀਂ ਪੰਜਾਬੀ ਆਪਣੇ ਆਪ ਨੂੰ ਕਿਵੇਂ ਕਹਿੰਦੇ ਹੋ ਕਿਉਂਕਿ ਤੁਹਾਨੂੰ ਦੇਖ ਕੇ ਨਹੀਂ ਲੱਗਦਾ ਵੀ ਤੁਸੀਂ ਪੰਜਾਬੀ ਹੋ ਉਹ ਕੋਈ ਉਦਾਸੀ ਗੱਲ ਹੈ ਮੇਰੇ ਗੋਰੇ ਗੋਰਾ ਰੰਗ ਤਾਂ ਉਹਨੂੰ ਬੁਰਾ ਲੱਗਦਾ ਹੈ ਉਦਾਸੀ ਗੱਲ ਹੈ ਮੈਂ ਕੋਸ਼ਿਸ਼ ਕਰ ਰਿਹਾ ਹਾਂ ਜੀ ਮੇਰੇ ਸੋ ਮੇਰੇ ਪਿਤਰੀ ਜੀ ਪੰਜਾਬੀ ਹੈ ਉਹ ਮੇਰੇ ਖੂਨੇ 'ਚ ਹੈ ਅਤੇ ਵੀ ਬਚਪਨ ਦੇ ਵਿੱਚ ਮੈਂ ਗੁਰਦੁਆਰੇ ਗਿਆ ਹੈ ਨਾ ਸੋ ਉਹ ਵੀ ਇੱਕ ਖਾਸ ਪੰਜਾਬੀ ਗੱਲ ਹੈ ਹਾਂ ਅਤੇ ਜੇ ਤੁਸੀਂ ਨਸਲ ਖੋਸ਼ੀ ਕਹਿੰਦੇ ਹੈ ਨਾ ਜਦੋਂ ਉਹ ਨਵੇਂ ਪੀੜ੍ਹੀ ਮੇਰੇ ਵਰਗੇ ਹੋ ਜਾਂਦੇ ਨੇ ਇਹਨਾਂ ਇਸ ਤਰ੍ਹਾਂ ਦੀ ਮੁਹਾਵਰਾ ਆਮ ਹੈ ਤਾਂ ਫਿਰ ਉਹ ਯੂ ਨੋ ਮੈਨੂੰ ਗਲਤ ਫਹਿਮੀ ਵਰਗਾ ਲੱਗਦਾ ਹੈ ਨਾ ਹੈ ਨਾ ਗਲਤ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਪੰਜਾਬ ਤੋਂ ਸੀ ਜਾਂ ਤੁਹਾਡੇ ਦਾਦਾ ਜੀ ਪੰਜਾਬ ਤੋਂ ਸੀ ਕੌਣ ਪੰਜਾਬ ਤੋਂ ਸੀ ਜਾਂ ਤੁਸੀਂ ਪੰਜਾਬ ਸੋ ਮੇਰੇ ਦਾਦਾ ਦਾਦੀ ਜੀ ਜਲੰਧਰ ਸਾਹਿਬ ਤੋਂ ਆਏ ਅਤੇ ਅਜੇ ਵੀ ਸਾਰੇ ਪਰਿਵਾਰ ਉੱਥੇ ਰਹਿੰਦੇ ਨੇ ਮੇਰੇ ਚਾਚਾ ਤਾਏ ਜੀ ਗੇਰੇ ਉੱਥੇ ਰਹਿੰਦੇ ਪਰ ਮੇਰੇ ਪਿਤਾ ਜੀ ਅਤੇ ਮੇਰੇ ਦਾਦਾ ਜੀ ਫੀਜੀ ਟਾਪੂ ਨੂੰ ਸ਼ਿਫਟ ਕੀਤੀ ਉੱਥੇ ਜਾ ਕੇ ਅਮਰਕੇ ਗਏ ਅਮਰਕੇ ਜਾ ਕੇ ਮੇਰੇ ਜਨਮ ਪਲ ਗਏ ਅੱਛਾ ਪੁੱਛਣਾ ਚਾਹਾਂਗੀ ਕਿ ਇਹ ਕਿਹੜੇ ਸੰਨ ਦੀ ਗੱਲ ਹੈ ਜਦੋਂ ਤੁਹਾਡੇ ਦਾਦਾ ਜੀ ਜਾਂਦੇ ਨੇ ਇੱਥੋਂ
ਅਮਰੀਕਾ ਦੇ ਵਿੱਚ ਜਾਂਦੇ ਨੇ ਜਾਂ ਫਿਜ਼ੀ ਗਏ, ਸਭ ਤੋਂ ਪਹਿਲਾਂ ਫਿਜ਼ੀ ਗਏ, ਉੱਥੇ ਕੀ ਕਾਰੋਬਾਰ ਕੀਤਾ ਉਹਨਾਂ ਨੇ, ਇਹਦੇ ਬਾਰੇ ਪੁੱਛਣਾ ਚਾਹੁੰਦੇ। ਬਹੁਤ ਪੰਜਾਬੀ ਵਾਲੀ ਗੱਲ, ਗਨੇ ਲਾਉਂਦੇ ਨੇ ਹੈ ਨਾ, ਖੇਤੀਬਾੜੀ ਕਰਦੇ, ਖੇਤੀਬਾੜੀ ਕੀਤੀ। ਅੱਛਾ ਜੀ, ਅੱਛਾ ਉਸ ਤੋਂ ਬਾਅਦ ਤੁਹਾਡੇ ਫਾਦਰ ਸਾਹਿਬ ਦਾ ਜਨਮ ਉੱਥੇ ਹੀ ਹੋਇਆ, ਫਿਜ਼ੀ ਦੇ ਵਿੱਚ ਹੀ ਹੋਇਆ? ਫਿਜ਼ੀ ਦੇ ਵਿੱਚ ਹੀ ਹੋਇਆ, ਓਕੇ। ਔਰ ਤੁਹਾਡੇ ਮਾਤਾ ਜੀ ਪੰਜਾਬ ਤੋਂ ਹੀ ਨਹੀਂ ਆ, ਉੱਧਰੋਂ? ਬੜੀਆਂ ਸੋਹਣੀਆਂ ਗੱਲਾਂ ਕਰਦਾ ਵੀਰ, ਤੁਹਾਨੂੰ ਉਮੀਦ ਕਰਦੀ ਆ ਸਭ ਨੂੰ ਸਮਝ ਆ ਰਹੀ ਹੋਊਗੀ। ਇੱਧਰ ਤੁਸੀਂ ਪੰਜਾਬ ਆਏ ਹੋ, ਸਭ ਤੋਂ ਪਹਿਲਾਂ ਸਵਾਲ ਇਹ ਪੁੱਛੂਗੀ ਕਿ ਕਿਵੇਂ ਲੱਗਿਆ ਤੁਹਾਨੂੰ ਪੰਜਾਬ ਆ ਕੇ? ਪੂਰੀ ਦੁਨੀਆ ਇਹੋ ਜਿਹੇ ਲੱਗਦਾ ਹੈ ਨਾ, ਉਹ ਕਹਿੰਦੇ ਇਕੋਂਕਾਰ ਹੈ ਨਾ, ਸੋ ਇੱਥੇ ਚੰਗੇ ਬੰਦੇ ਨੇ, ਇੱਥੇ ਬੁਰੇ ਬੰਦੇ ਨੇ, ਯੂਸੇ ਦੇ ਵਿੱਚ ਚੰਗੇ ਬੰਦੇ ਨੇ, ਯੂਸੇ ਦੇ ਵਿੱਚ ਬੁਰੇ ਬੰਦੇ ਨੇ, ਅਤੇ ਇੱਥੇ ਦੀ ਆਰਥਿਕ ਸਥਿਤੀ ਅਮਰੀਕੇ ਬਹੁਤ ਵੜ ਗਏ ਹੈ ਨਾ, ਸੋ ਹਾਂ ਇੱਥੋਂ ਦੀ ਆਰਥਿਕ ਸਥਿਤੀ ਹੈ ਜਿਹੜੀ ਅਮਰੀਕਾ ਵਰਗੀ ਹੈ। ਹਾਂ, ਕੰਟਰੈਕਟ ਫਾਰਮਿੰਗ ਪਹਿਲਾਂ ਅਮਰੀਕੇ ਦੇ ਵਿੱਚ ਸੀ ਹੈ ਨਾ, ਸੋ ਉਹ ਕਾਲੇ ਕਾਨੂੰਨ ਕਿ ਉਹ ਮੋਰਚੇ ਦੇ ਖਿਲਾਫ ਸੀ ਹੈ ਨਾ, ਅੱਜ ਹੈ ਨਾ, ਉਹ ਕਾਲੇ ਕਾਨੂੰਨ ਦੀਆਂ ਇਸ ਤਰ੍ਹਾਂ ਦੀ ਨੀਅਤ ਸ਼ੁਰੂ ਕੀਤੀ ਅਮਰੀਕੇ ਦੇ ਵਿੱਚ ਹੈ ਨਾ, ਅਤੇ ਇੱਥੇ ਜਦੋਂ ਲੋਕ ਸਪਰੇ ਪੈਸਟੀਸਾਈਡਸ ਦੇ ਖਿਲਾਫ ਬੋਲ ਰਹੇ ਨੇ, ਇਸ ਤਰ੍ਹਾਂ ਦੀ ਗੱਲ ਮੌਨਸੈਂਟੋ ਤੋਂ ਆਏ ਅਤੇ ਉਹ ਵੀ ਅਮਰੀਕੇ ਤੋਂ ਆਏ ਹੈ ਨਾ, ਸੋ ਸਾਰੇ ਇਤਿਹਾਸ ਮਿਲਾਵਟ ਅਸੀਂ ਕਹਿ ਸਕਦੇ ਹਾਂ ਸ਼ੁਰੂ ਤੋਂ ਹੈ ਨਾ, ਰਲ ਮਿਲ ਕੇ ਇਸ ਤਰ੍ਹਾਂ ਦੀ ਗੱਲ ਹੋ ਗਿਆ ਹੈ ਨਾ। ਅੱਛਾ, ਤੁਸੀਂ ਕਿਹਾ ਕਿ ਚੰਗੇ ਲੋਕ ਇੱਥੇ ਵੀ ਨੇ, ਮਾੜੇ ਵੀ ਨੇ, ਯੂ ਐੱਸ ਏ ਦੇ ਵਿੱਚ ਵੀ ਨੇ, ਇੱਥੋਂ ਦੀ ਕਿਹੜੀ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਚੰਗੀ ਲੱਗੀ ਅਤੇ ਕਿਹੜੀ ਚੀਜ਼ ਬਹੁਤ ਜ਼ਿਆਦਾ ਬੁਰੀ ਲੱਗੀ? ਮਾਸ ਮੈਨੂੰ ਸਭ ਤੋਂ ਸਵਾਲ ਲੱਗਦੀ ਹੈ, ਲੋਕਾਂ ਨਾਲ ਮਿਲਣ ਮੈਨੂੰ ਬਹੁਤ ਚੰਗੀ ਲੱਗਦੀ ਹੈ, ਪਰ ਇਸ ਤੋਂ ਇਲਾਵਾ ਵੀ ਸੰਸਥਾਵਕ ਕੰਮ ਅਤੇ ਥੋੜ੍ਹੀ ਜਿਹੀ ਮੁਸ਼ਕਲ ਹੋ ਜਾਂਦੀ ਹੈ। ਭ੍ਰਿਸ਼ਟਾਚਾਰੀ ਅਸੀਂ ਕਹਿ ਸਕਦੇ ਨੇ ਫੁਰੂ ਲੋਕ ਜਾਂ ਫੁਕਰਪੁਨ ਪੂਰੀ ਦੁਨੀਆ ਦੇ ਵਿੱਚ, ਪਰ ਵੀ ਇੱਥੇ ਰੇਸ ਨੇ ਫੁਕਰਪੁਣਾ ਵੀ ਹੈ ਪੰਜਾਬ 'ਚ, ਇਹੋ ਜਿਹੀ ਪਰ ਪੂਰੀ ਦੁਨੀਆ ਦੇ ਵਿੱਚ ਹੈ ਨਾ, ਪੂਰੀ ਦੁਨੀਆ 'ਚ। ਹਾਂ, ਤੁਸੀਂ ਇੱਥੇ ਜੋਬ ਵੀ ਕਰਦੇ ਹੋ? ਕਿੰਨੇ ਟਾਈਮ ਤੋਂ ਕਰ ਰਹੇ ਹੋ ਔਰ ਕਿੱਥੇ ਕਰ ਰਹੇ ਹੋ? ਇਹ ਵੀ ਸੋ 1.5 ਸਾਲ ਹੋ ਗਿਆ ਹੈ ਇੱਕ ਰਿਸਰਚ ਕਰਨ ਦੇ ਉੱਤੇ, ਹਾਂ ਸੀ ਸ਼ਾਇਦ ਕਿਉਂਕਿ 5 ਦਿਨ ਤੋਂ ਬਾਅਦ ਅੰਮ੍ਰਿਤਸਰ ਵਾਪਸ ਆਊਂਗਾ, ਪਰ ਹਾਂ ਸੋ ਮੈਂ ਪੈਸਾ ਲੈ ਲਿਆ ਇੱਥੇ ਰਿਸਰਚ ਵੀਜ਼ੇ ਅਤੇ ਰਿਸਰਚ ਕੰਮ ਕਰਨ ਵਾਸਤੇ। ਓਕੇ, ਕਿਸ ਚੀਜ਼ 'ਤੇ ਰਿਸਰਚ ਕਰ ਰਹੇ ਹੋ? ਪੰਜਾਬੀ ਦੀ ਪੰਜਾਬੀ ਆਰਥਿਕ ਇਤਿਹਾਸ, ਸੋਹਾਰੀ ਇਨਕਲਾਬ ਤੋਂ ਬਾਅਦ ਉਹਨਾਂ ਦਾ ਸਮਾਜਿਕ ਪ੍ਰਭਾਵ ਹਨ ਅੱਜ ਕੱਲ੍ਹ। ਪੰਜਾਬੀ ਜਿਵੇਂ ਤੁਸੀਂ ਬੋਲਦੇ ਹੋ, ਨਾਲ ਲਿਖ ਪੜ੍ਹ ਵੀ ਲੈਂਦੇ ਹੋ ਜਾਂ ਸਿਰਫ ਬੋਲਣੀ ਹੀ? ਹਾਂ ਹਾਂ, ਕਿਉਂਕਿ ਮੈਂ ਇਤਿਹਾਸਕ ਕੰਮ ਕਰਦਾ ਹਾਂ, ਮੈਂ ਪੁਰਾਣੀਆਂ ਕਾਗਜ਼ਾਂ ਨਾਲ ਕੰਮ ਕਰਦੇ ਹਾਂ, ਸੋ ਇਸ ਕਰਕੇ ਮੇਰੀ ਪੜ੍ਹ ਲਿਖਣ ਮੇਰੀ ਬੋਲਣ ਨਾਲੋਂ ਚੰਗੀ ਹੈ, ਹੈ ਨਾ। ਤੁਸੀਂ ਨੌਕਰੀ ਦੀ ਗੱਲ ਕਰ ਰਹੇ ਸੀ, ਮੈਨੂੰ ਸਾਡੇ CM ਦਾ ਇੱਕ ਬਿਆਨ ਚੇਤੇ ਆ ਗਿਆ ਜਦੋਂ ਪ੍ਰਚਾਰ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਅੰਗਰੇਜ਼ ਜਾਂ ਗੋਰੇ ਇੱਧਰ ਆ ਕੇ ਕੰਮ ਕਰਿਆ ਕਰਨਗੇ, ਕੀ ਕਹਿਣਾ ਚਾਹੋਗੇ? ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦਾ ਬਿਆਨ ਅੱਜ ਤੁਹਾਡੀ ਇੰਟਰਵਿਊ ਕਰਦੇ ਹੋਏ ਮੈਨੂੰ ਚੇਤੇ ਆ ਰਿਹਾ ਔਰ ਮੈਨੂੰ ਲੱਗਦਾ ਸੱਚ ਹੋ ਗਿਆ। ਜੀ, ਫਿਰ ਠੀਕ ਹੈ, ਜੇ ਉਹ ਮੈਨੂੰ ਇੱਕ ਮੌਕਾ ਦੇ ਦੂੰਗੇ, ਇੱਕ ਮੌਕਾ ਮੈਨੂੰ ਮਿਲਾਂਗੇ, ਫਿਰ ਠੀਕ, ਮੈਨੂੰ ਕੁਝ ਪੈਸੇ ਦੇ ਕੇ, ਹਾਂ ਹਾਂ ਹੋਰ ਗੋੜੇ ਮੇਰੇ ਵਰਗੇ ਤੇ ਆਣਗੇ, ਠੀਕ ਹੈ, ਮੈਨੂੰ ਬੁਲਾਓ। ਅੱਛਾ ਅੱਛਾ, ਮਤਲਬ ਜੇ ਉਧਰ ਵਾਂਗੂ ਇਧਰ ਵੀ ਕੰਮ ਮਿਲ ਜੇ ਤਾਂ ਅੰਗਰੇਜ਼ ਇਧਰ ਆ ਕੇ ਕੰਮ ਕਰਨ ਲੱਗ ਜਾਣਗੇ, ਤੁਸੀਂ ਇਹ ਕਹਿੰਦੇ ਹੋ? ਹੋ ਸਕਦਾ ਹੈ, ਹੋ ਸਕਦਾ ਹੈ, ਹਾਂ ਹਾਂ ਹਾਂ। ਪਰ ਉਸ ਤੋਂ ਇਲਾਵਾ ਮੈਨੂੰ ਕਹਿਣ ਦੀ ਲੋੜ ਹੈ ਕਿ ਤਖਸਤਾਰਤ ਦਾ ਮੈਂ ਇੱਕ ਬਹੁਤ ਬੜਾ ਫੈਨ ਹਾਂ, ਸੋ ਉਹਨਾਂ ਦੀ ਨੀਅਤ ਚੰਗੀ ਹੈ ਜਾਂ ਬੁਰੀ ਹੈ, ਉਸ ਤੋਂ ਇਲਾਵਾ ਮੈਂ ਉਹਨਾਂ ਦੀ ਕਾਮੇਡੀ ਦਾ ਇੱਕ ਬੜਾ ਬੜਾ ਫੈਨ ਹਾਂ, ਹੈ ਨਾ। ਗਰਮ ਗਰਮ ਕੁਲਫੀ ਦਖਸਤਾਰਤ ਬਹੁਤ ਬਹੁਤ ਸ਼ੌਕ। ਅੱਛਾ, ਉਹਨਾਂ ਦੀ ਕਮੇਡੀ ਦੇ ਬਹੁਤ ਵੱਡੇ। ਅੱਛਾ, ਪੋਲਿਟਿਕਸ ਬਾਰੇ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਦੇ ਨੋਕ ਚੋਕ ਅਜੇ ਵੀ ਕਰਦੇ? ਸੋ ਇੱਕ ਅਲੱਗ ਅਲੱਗ ਜੀ ਗੱਲਬਾਤ ਹੈ ਨਾ, ਪਰ ਹਾਂ ਇਹਦੇ ਵਿੱਚ ਯੂ ਨੋ ਇੱਥੇ BMW ਉਹ ਗੱਲ ਸ਼ਾਇਦ ਨਹੀਂ ਹੋ ਗਿਆ, ਪਰ ਟਾਟਾ ਪਲਾਂਟ ਹੋ ਗਿਆ ਹੈ ਨਾ, ਸੋ ਇਸ ਤਰ੍ਹਾਂ ਦੀ ਅਲੱਗ ਅਲੱਗ ਰਿਕਰੂਟਮੈਂਟ ਪੜ੍ਹਦੇ, ਓਕੇ ਉਹ ਇੱਕ ਨਵੀਂ ਗੱਲ ਹੈ, ਪਰ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਨੀਅਤ ਹੋ ਗਿਆ ਜਦੋਂ ਤੁਸੀਂ 1970s 1980s ਦੇਖਦੇ ਹੋ, ਫੋਕਲ ਪੁਆਇੰਟ ਵਾਲੇ ਪਾਲਿਸੀ ਉਦੋਂ ਸੀ, ਸੋ ਅੱਜ ਅਸੀਂ ਕਹਿੰਦੇ ਸਪੈਸ਼ਲ ਇਕਨੋਮਿਕ ਜ਼ੋਨਸ SEZs, ਜਿਵੇਂ 2000 ਦੇ ਵਿੱਚ ਮਟੋਰ ਦੇ ਥੱਲੇ ਉਹ ਕੁਆਰਕ ਸਿਟੀ ਵਾਲੇ ਪ੍ਰੋਟੈਸਟ ਹੋ ਗਏ, ਜੇ ਤੁਹਾਨੂੰ ਪਤਾ ਦਰਸ਼ਕ ਮਾਫ ਕਰੋ, ਸੋ ਹਾਂ ਇਸ ਤਰ੍ਹਾਂ ਦੀ ਨੀਅਤ ਇੱਥੇ ਇੱਕ ਨਵੀਂ ਗੱਲ ਹੈ, ਕਿਉਂਕਿ ਕੁੜੀ ਜੀ
ਹਾਇਐਸਟ ਲੈਵਲ ਸਭ ਤੋਂ ਵੱਡੇ ਪੱਟਰ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਹੋ ਜਾਣੀ ਹੈ, ਪਰ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਗੱਲ ਹੋ ਗਈ ਵੀ ਪੰਜਾਬ ਦੇ ਵਿੱਚ। ਇੱਕ ਸਵਾਲ ਹੋਰ ਮੈਨੂੰ ਤੁਹਾਡੀ ਪੰਜਾਬੀ ਬੜੀ ਸੋਹਣੀ ਲੱਗੀ ਜਾਂਦੀ ਹੈ, ਪੁੱਛਣਾ ਚਾਹੂੰਗੀ ਕਿ ਉੱਧਰੋਂ ਜਦੋਂ ਤੁਸੀਂ ਆਉਂਦੇ ਹੋ ਘਰ ਦੇ ਵਿੱਚ ਵੀ ਬੋਲਦੇ ਸੀ, ਕਿਉਂਕਿ ਜਿਹੜੀ ਪੰਜਾਬੀ ਹੈ ਉਹ ਜਦੋਂ ਅਸੀਂ ਤਾਂ ਇੰਨੀ ਕਲੈਰਿਟੀ ਨਾਲ ਤਾਂ ਬੋਲਦੇ ਹਾਂ ਕਿਉਂਕਿ ਸਾਡੇ ਘਰ ਦੇ ਵਿੱਚ ਬੋਲੀ ਜਾਂਦੀ ਹੈ, ਹੈ ਨਾ। ਤੁਹਾਨੂੰ ਆਪਣੇ ਮਾਤਾ ਪਿਤਾ ਤੋਂ ਸਿੱਖਣ ਨੂੰ ਮਿਲੀ ਜਾਂ ਦਾਦਾ ਦਾਦੀ ਤੋਂ ਜਾਂ ਇੱਧਰ ਆ ਕੇ ਸਿੱਖੀ? ਕਿਤਾਬਾਂ, ਫਿਲਮਾਂ, ਭਗਵੰਤ ਮਾਨ ਜੀ ਦੀਆਂ ਕਸੈਤਾਂ, ਇਸ ਤਰ੍ਹਾਂ ਦੀ ਗੱਲ, ਗਾਣੇ, ਪੁਰਾਣੇ ਗਾਣੇ, ਚਮਕੀਲੇ ਵਗੈਰਾ, ਇਹਦੇ ਜ਼ਰੀਏ ਮੈਂ ਇਸ ਤਰ੍ਹਾਂ ਦੀ ਠੇਠ ਪੰਜਾਬੀ ਨਹੀਂ ਬੋਲ ਸਕਦਾ ਹਾਂ, ਪਰ ਇਸ ਤਰ੍ਹਾਂ ਦੀ ਗੱਲ ਮੈਨੂੰ ਬਹੁਤ ਸੋਹਣੀ ਲੱਗਦੀ ਹੈ। ਤੁਸੀਂ ਜ਼ਿਕਰ ਕੀਤਾ ਕਿ ਚਮਕੀਲੇ ਦੇ ਗਾਣੇ ਸੁਣਦੇ ਹੋ, ਹਾਂ, ਅਤੇ ਅੱਜ ਕੱਲ੍ਹ ਵੀ ਬਹੁਤ ਲੋਕਾਂ ਦੀਆਂ ਸ਼ਾਇਰੀਆਂ, ਜਦੋਂ ਤੁਸੀਂ ਇੱਕ ਕਬੱਡੀ ਕੱਪ ਜਾਂ ਕੁਸ਼ਤੀ ਟੂਰਨਾਮੈਂਟ ਜਾਂ ਟੋਰਚ ਮੁਕਾਬਲੇ ਜਾਂਦੇ ਹੋ, ਉਦੋਂ ਜਦੋਂ ਉਹ ਕਮੈਂਟੇਟਰ ਉਹਨਾਂ ਦੀ ਸ਼ਾਇਰੀ ਸੁਣਾਉਂਦੇ, ਓਹ ਸਭ ਤੋਂ ਸੋਹਣੀ ਗੱਲ ਹੈ। ਪੰਜਾਬ ਇੰਨੀ ਸੋਹਣੀ ਜ਼ਬਾਨ ਹੈ, ਲੋਕ ਇੱਥੇ ਕਹਿੰਦੇ ਨੇ ਕਿ ਆਹ ਇਹ ਸਿਰਫ ਟੁੱਪਣਡੇ, ਇਹ ਸਿਰਫ ਟੋਟਕੇ ਹੈ, ਪਰ ਇਹਨਾਂ ਸੋਹਣਾ ਮੈਨੂੰ ਲੱਗਦਾ ਹੈ। ਸੋ ਹਾਂ, ਇਸ ਤਰ੍ਹਾਂ ਦੀ ਪੰਜਾਬੀ ਮੈਨੂੰ ਸਭ ਤੋਂ ਸੋਹਣੀ ਲੱਗਦੀ ਹੈ। ਸੋ ਇਹ ਤੋਂ ਮੈਂ ਸਿੱਖਿਆ, ਅਤੇ ਇਸ ਕਰਕੇ ਸ਼ਾਇਦ ਆਮ ਗੱਲਬਾਤ ਦੇ ਵਿੱਚ ਮੈਂ ਥੋੜ੍ਹਾ ਜਿਹਾ ਨਲਾਇਕ ਹਾਂ, ਕਿਉਂਕਿ ਉਹ ਆਮ ਗੱਲਬਾਤ ਨਹੀਂ ਹੈ, ਪਰ ਮੈਂ ਕੋਸ਼ਿਸ਼ ਕਰ ਰਿਹਾ ਹਾਂ ਜੀ। ਤੁਸੀਂ ਗਾਣਿਆਂ ਦੀ ਸ਼ਾਇਰੀ ਦਾ ਜ਼ਿਕਰ ਕੀਤਾ, ਕੁਛ ਸੁਣਾਓਗੇ? ਮੈਂ ਚਾਹੁੰਦੀ ਹਾਂ ਜੇ ਮਾੜਾ ਮੋਟਾ ਗਾ ਲੈਂਦੇ ਹੋ ਜਾਂ ਗੁਣਗੁਣਾ ਵੀ ਲੈਂਦੇ ਹੋ, ਪੰਜਾਬੀ ਹੋਵੇ। ਪਰ ਇੱਕ ਸ਼ਾਇਰੀ ਹੈ ਅਮਨ ਲੋਪਤ, ਮੈਂ ਅਮਨ ਲੋਪਤ ਦਾ ਬੜਾ ਫੈਨ ਹਾਂ। ਚੰਦਰੇ ਨਸ਼ੇ ਦੀਆਂ ਇੱਥੇ ਵਗਦੀਆਂ ਨਹਿਰਾਂ ਨੇ, ਹਰ ਚੀਜ਼ ਵਿੱਚ ਇੱਥੇ ਲੋਕ ਖਾਂਦੇ ਜ਼ਹਿਰ ਆਉਂਦੇ, ਹੁਣ ਪਿੰਡ ਪਿੰਡ ਕੁੱਲ ਗਏ ਯਾਰੋਂ ਛਿੱਟੇ ਦੀ ਹੱਟੀ, ਕਿੱਧਰ ਨੂੰ ਜਾਣਦਾ ਪੰਜਾਬ ਤੇ ਕਹਿੰਦੇ ਤਰੱਕੀ ਆ, ਕਿੱਧਰ ਨੂੰ ਜਾਣਦਾ ਪੰਜਾਬ ਤੇ ਕਹਿੰਦੇ ਤਰੱਕੀ ਆ। ਪੰਜਾਬ ਸਾਲ ਤੋਂ ਵੱਧ ਤੇ ਕੋਈ ਉਮਰ ਨਾ ਭੋਗ ਦਾ ਪਾਏ, ਹਰ ਪਰਿਵਾਰ ਵਿੱਚ ਸਿਖਾੜੇ ਕੋਈ ਮਾੜੇ ਰੋਗ ਦਾ ਪਾਏ, ਹਰ ਪਰਿਵਾਰ ਵਿੱਚ ਸਿਖਾੜੇ ਕੋਈ ਕੈਂਸਰ ਵਾਲੇ ਰੋਗ ਦਾ ਪਾਏ, ਗਰੀਬ ਬੰਦੇ ਦੀ ਜਿੰਦ ਫਸੀ ਵਿੱਚ ਕੜਕੀ ਆ, ਕਿੱਧਰ ਨੂੰ ਜਾਣਦਾ ਪੰਜਾਬ ਤੇ ਕਹਿੰਦੀ ਤਰੱਕੀ ਆ, ਕਿੱਧਰ ਨੂੰ ਜਾਣਦਾ ਪੰਜਾਬ ਤੇ ਕਹਿੰਦੀ ਤਰੱਕੀ ਆ। ਹਾਂ, ਤੇ ਤੁਸੀਂ ਸਿਰਮੂਸੇ ਵਾਲੇ ਮੇਰੇ ਤੋਂ ਪੁੱਛ ਰਹੇ ਸੀ, ਹੈ ਨਾ, ਨਹੀਂ ਨਹੀਂ ਅਮਨ ਲੋਪ ਨੂੰ ਅਸੀਂ ਇੱਜ਼ਤ ਦੇਵਾਂਗੇ, ਹੈ ਨਾ, ਹੈ ਨਾ, ਇਸ ਤਰ੍ਹਾਂ ਦੀ ਗੱਲ ਸੁਣੀ ਹੈ? ਨਹੀਂ, ਸੁਣਦੇ ਤਾਂ ਹੋਵੋਗੇ, ਸੁਣਿਆ ਤਾਂ ਹੋਊਗਾ। ਹਾਂ, ਬਸ 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 ਬਸ, ਪਰ ਹਾਂ ਤੁਸੀਂ ਅਮਨ ਲੋਪ ਨੂੰ ਸੁਣ ਸਕਦੇ ਹੋ, ਉਹ ਇੰਨੀ ਬੜੀ ਲੈਵਲ 'ਤੇ, ਹੈ ਨਾ, ਇਸ ਤਰ੍ਹਾਂ ਦੀ ਸ਼ਾਇਰ ਅੱਜ ਸ਼ਾਇਰ ਆਮ ਹੈ ਪੰਜਾਬ ਦੇ ਵਿੱਚ, ਇਸ ਤਰ੍ਹਾਂ ਦੀ ਗੱਲ ਨਹੀਂ ਸੁਣਿਆ। ਲੜੀ ਲਾਂਡਾ ਜੇ ਤੁਸੀਂ ਕਦੇ ਸੁਣਿਆ, ਉਹ ਵੀ, ਜਾਂ ਗੋਪੀ ਕੇਲੋਨ, ਇਸ ਤਰ੍ਹਾਂ ਦੀ ਸ਼ਾਇਰ ਕਮੈਂਟਰੀ ਦੇ ਵਿੱਚ ਇੰਨੇ ਸੋਹਣੇ ਲੱਗਦੇ ਨੇ ਮੈਨੂੰ, ਹੈ ਨਾ ਜੀ 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 ਜੀ। ਹੁਣ ਮੈਂ ਥੋੜ੍ਹਾ ਜਿਹਾ ਫਿਰ ਤੋਂ ਪਰਿਵਾਰ ਵੱਲ ਆਉਣਾ ਚਾਹੁੰਦੀ ਹਾਂ, ਤੁਹਾਡੇ ਪਰਿਵਾਰ ਵੱਲ। ਤੁਸੀਂ ਜਲੰਧਰ ਦਾ ਜ਼ਿਕਰ ਕੀਤਾ ਔਰ ਤੁਹਾਡੇ ਦਾਦਾ ਦਾਦੀ ਉੱਧਰ ਜਾਂਦੇ ਨੇ, ਅਤੇ ਤੁਹਾਡੇ ਪਿਤਾ ਜੀ ਵੀ ਇਸੇ ਪ੍ਰਕਾਰ ਪੰਜਾਬੀ ਬੋਲਦੇ ਸੀ, ਜਾਂ ਮਾਤਾ ਬਾਰੇ ਵੀ, ਤੁਹਾਡੇ ਤੁਹਾਡੀ ਫੈਮਿਲੀ ਬਾਰੇ ਵੀ ਸਾਰਾ ਮੈਂ ਕਹਿੰਦੀ ਹਾਂ ਵਿਸਥਾਰਪੂਰਵਕ ਦੱਸੋ। ਹਾਂ, ਸੋ ਅਸੀਂ ਉੱਥੇ ਗਏ ਨੇ, ਸਾਡੇ ਪਰਿਵਾਰ ਮਠਾਡੇ ਤੋਂ ਆਏ, ਜਿਵੇਂ ਦਾੜਾ ਮਠਾਡਾ, ਜੇ ਤੁਹਾਨੂੰ ਪਤਾ ਇਸ ਤਰੀਕੇ ਨਾਲ ਸ਼ਾਇਦ ਅਸੀਂ ਨਹੀਂ ਜਿਉਂਦੇ, ਅਸੀਂ ਆਮ ਬੰਦੇ ਨੇ, ਪਰ ਹਾਂ ਸੋ ਉੱਥੇ ਅਸੀਂ ਗੰਨੇ, ਕਣਕ, ਚੌਲ ਲਾਉਂਦੇ ਨੇ, ਆਮ ਜੀ ਪਰਿਵਾਰ ਹੈ, ਇੱਕ ਡਰਾਈਵਰ ਹੈ ਬੱਸ ਦਾ, ਅਤੇ ਬਸ ਆਮ ਪਰਿਵਾਰ ਹੈ। ਕੀ ਹੋਰ ਪੁੱਛੋ, ਹੋਰ ਪੁੱਛੋ। ਨਹੀਂ ਨਹੀਂ, ਪਰਿਵਾਰ ਬਾਰੇ ਪੁੱਛ ਰਹੀ ਹਾਂ, ਮਾਤਾ ਤੁਹਾਡੇ, ਤੁਹਾਡੀ ਆਪਦੀ ਫੈਮਿਲੀ 'ਚ ਕੌਣ ਕੌਣ ਨੇ? ਮੇਰੀ ਮਾਤਾ ਜੀ, ਮੇਰੀ ਮਾਤਾ ਜੀ ਹੈ, ਮੇਰੇ ਪਿਤਾ ਜੀ, ਮੇਰੇ ਪਿਤਾ ਜੀ ਹੈ। ਮੈਨੂੰ ਨਹੀਂ ਪਤਾ ਤੁਹਾਡਾ ਸਵਾਲ ਕੀ ਹੈ ਨਾ। ਅੱਛਾ, ਸਵਾਲ ਨਹੀਂ ਸਮਝ ਆ ਰਿਹਾ, ਠੀਕ ਹੈ। ਮੈਨੂੰ ਮੇਰੀ ਪਤਨੀ ਹੈ ਬਸ, ਉਹ ਇੱਕ ਪ੍ਰੋਫੈਸਰ ਹੈ ਮੇਰੇ ਵਰਗੇ, ਉਧਰੋਂ ਹੀ ਆਇਆ ਪੰਜਾਬ ਤੋਂ, ਜੂਐਸਏ, ਉਹ ਵੀ ਗੋੜੇ ਹੈ। ਮੇਰੀ ਸਵਾਦ ਨਹਿਰੀ ਹੈ, ਮੇਰੀ ਸਵਾਦ ਨਹਿਰੀ ਹੈ, ਸਿਰਫ ਉਹਨਾਂ ਦੀ ਸ਼ਖਸੀਅਤ ਚੰਗੀ ਲੱਗਦੀ ਸੀ, ਬਸ 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 ਜੀ। ਹੁਣ ਆਪਾਂ ਜਦੋਂ ਤੁਸੀਂ ਘਰ ਦੇ ਵਿੱਚ ਗੱਲ ਕਰਦੇ ਹੋ ਕਿ ਮੈਂ ਪੰਜਾਬ ਜਾਣਾ ਹੈ ਔਰ ਉੱਥੇ ਜਾ ਕੇ ਰਿਸਰਚ ਕਰਨੀ ਆ, ਪਰਿਵਾਰ ਦਾ ਕੀ ਰਿਐਕਸ਼ਨ ਸੀ, ਕਿੰਨਾ ਖੁਸ਼ ਹੋਏ ਜਾਂ ਕੀ ਰਿਐਕਸ਼ਨ ਸੀ? ਬਹੁਤ ਸ਼ੋਰ ਸ਼ਰਾਬਾ ਹੋ ਗਿਆ, ਹੈ ਨਾ, ਰੋਂਦੇ ਰੋਂਦੇ ਸੀ, ਮੇਰੇ ਪੁੱਤ, ਮੇਰੇ ਛੋਟੇ ਜਿਹੇ ਪੁੱਤ ਕਿਤੇ ਜਾਣਗੇ, ਉਹ ਮਾਰ ਜੂ, ਉਹ ਮਾਰ ਜੂ, ਹੈ ਨਾ, ਇਸ ਤਰ੍ਹਾਂ ਦੀ ਗੱਲ। ਪਰ ਦੇਖੋ, ਜ਼ਿੰਦਗੀ ਤਾਂ ਠੀਕ ਹੈ, ਮੇਰੇ ਪਿਤਾ ਜੀ ਬਹੁਤ ਖੁਸ਼ੀ ਸੀ ਕਿ ਮੈਂ ਪਰਿਵਾਰ ਨਾਲ ਮਿਲ ਰਿਹਾ ਸੀ, ਹੈ ਨਾ, ਇਸ ਤਰ੍ਹਾਂ ਦੀ ਗੱਲ। ਅੱਛਾ, ਮਾਤਾ ਥੋੜ੍ਹਾ ਡਰ ਗਏ ਸੀ ਪੰਜਾਬ ਪੰਜਾਬ ਦੇ ਨਾਂ ਤੋਂ, ਇੰਨਾ ਡਰ ਗਏ ਸੀ? ਮੇਰੇ ਪਿਤਾ ਜੀ ਵੀ, ਹਾਂ, ਇਮੋਸ਼ਨਲ ਹੋ ਗਏ, ਭਾਵਨਾਤਮਕ ਅਸੀਂ ਕਹਿ ਸਕਦੇ ਨੇ, ਹੈ ਨਾ, ਹਾਂ। ਅੱਛਾ, ਪੰਜਾਬ ਦੇ ਵਿੱਚ ਸਾਰੇ 'ਚ ਘੁੰਮੇ ਹੋ ਜਾਂ ਸਿਰਫ ਮੋਹਾਲੀ, ਚੰਡੀਗੜ੍ਹ ਹੀ ਅਜੇ ਤੱਕ ਦੇਖੇ? ਸੋ ਕਿਤੇ ਨਾ ਕਿਤੇ ਕੁਛ ਸਰਪੰਚ ਮੇਰੇ ਨਾਲ ਮਿਲਣਾ, ਜਾਂ ਕੁਛ ਪੰਚਾਇਤੀ ਬੰਦੇ ਮੇਰੇ ਨਾਲ ਮਿਲਣਗੇ, ਜਾਂ ਇਸ ਤਰ੍ਹਾਂ ਦੀ ਗੱਲ
ਕਬੱਡੀ ਕੱਪ, ਕੁਸ਼ਤੀ ਵਾਲਾ ਕੱਪ, ਤੋਚਣ ਵਾਲਾ ਕੱਪ, ਮੈਂ ਜਾਊਂਗਾ ਜਿੱਥੇ ਲੋਕ ਨੇ ਮੈਨੂੰ ਬੁਲਾਏ ਉੱਥੇ ਮੈਂ ਜਾਊਂਗਾ ਪੱਕਾ। ਸੋ ਦਰਸ਼ਕ ਦਰਸ਼ਕੋ ਤੁਸੀਂ ਮੈਨੂੰ ਸਦਾ ਦੇ ਸਕਦੇ ਹੋ ਅਤੇ ਮੈਂ ਤੁਹਾਨੂੰ ਆਊਂਗਾ ਜੇ ਅਸੀਂ ਮਿਲਾਂਗੇ। ਹਾਂ ਅੰਮ੍ਰਿਤਸਰ ਵੱਲ ਗਏ ਹੋ? ਹਾਂ ਹਾਂ, ਹਰਿਮੰਦਰ ਸਾਹਿਬ ਗਿਆ, ਇੱਧਰ ਉੱਧਰ ਗਿਆ, ਹੈ ਨਾ। ਅੱਛਾ ਜੀ ਜੀ ਜੀ, ਕਿਵੇਂ ਦਾ ਮਹਿਸੂਸ ਹੋਇਆ ਉੱਥੇ ਜਾ ਕੇ? ਕਿਉਂਕਿ ਉਹ ਇੱਕ ਤਰੀਕੇ ਨਾਲ ਤੁਹਾਡੇ ਔਰ ਆਪਣੇ ਸਭ ਦੇ ਕਲਚਰ ਨਾਲ ਜੁੜਿਆ ਸਭ ਤੋਂ ਸੋਹਣਾ ਥਾਂ ਆ। ਹਾਂ, ਸੋ ਅਸੀਂ ਕਹਿ ਸਕਦੇ ਹਾਂ ਕਿ ਮੇਰੀ ਸਭਿਆ ਛਾੜ ਮੇਰੀ ਪਿਛੋਕੜ ਦੇ ਏਰੀਏ 'ਚ ਇੱਕ ਫਰਕ ਸੀ, ਪਰ ਵੀ ਇਸ ਤੋਂ ਇਲਾਵਾ ਜਦੋਂ ਮੈਂ ਬਚਪਨ 'ਚ ਸੀ ਉਦੋਂ ਮੈਂ ਵੀ ਗੁਰਦੁਆਰਾ ਗਿਆ, ਹੈ ਨਾ। ਸੋ ਹਾਂ, ਹਰਿਮੰਦਰ ਸਾਹਿਬ ਮੈਨੂੰ ਬਹੁਤ ਚੰਗਾ ਲੱਗਦਾ ਸੀ। ਅੱਛਾ, ਇੱਥੇ ਇੱਕ ਇਹ ਪੁੱਛ ਮੈਂ ਇਹ ਰਹੀ ਹਾਂ, ਸ਼ਾਇਦ ਤੁਹਾਨੂੰ ਪੰਜਾਬੀ ਦੀ ਪ੍ਰੋਬਲਮ ਆ ਅਤੇ ਮੈਨੂੰ ਅੰਗਰੇਜ਼ੀ ਦੀ ਪ੍ਰੋਬਲਮ ਆ। ਨੋ, ਇਟ ਕੁਡਨਟ ਬੀ ਦ ਕੇਸ, ਦੈਟ ਕੁਡ ਨੈਵਰ ਬੀ ਦ ਕੇਸ। ਨਹੀਂ, ਮੈਨੂੰ ਔਖਾ ਆ ਨਾ, ਵੀ ਮੈਂ ਤੁਹਾਨੂੰ ਸਮਝਾ ਨਹੀਂ ਪਾ ਰਹੀ ਮੇਰਾ ਸਵਾਲ ਕੀ ਹੈ। ਇਹ ਮੋਰਚਾ ਕਿੰਨਾ ਲਈ ਲਾਇਆ, ਇਹਦੀ ਕੀ ਲੋੜ ਪਈ ਸੀ ਮੋਰਚਾ ਲਾਉਣ ਦੀ? ਬੰਦੀ ਸਿੰਘ ਕੌਣ ਨੇ? ਬੰਦੀ ਸਿੰਘਾਂ ਲਈ ਕਿਹਾ ਜਾਂਦਾ ਨਾ ਕਿ ਇਹ ਮੋਰਚਾ ਲੱਗਿਆ। ਤੁਸੀਂ ਮੈਨੂੰ ਪੁੱਛ ਰਹੇ ਹੋ ਕਿਉਂਕਿ ਮੈਂ ਪਲਵਾਰ ਸਿੰਘ ਤਲਵਾਰ ਅਤੇ ਕਿਸੇ ਹੋਰ ਦੇ ਨਾਂ ਲੈਣ ਤੁਸੀਂ ਚਾਹੁੰਦੇ ਹੋ? ਅਤੇ ਹਾਂ, ਮੈਂ ਉਹਨਾਂ ਦੇ ਨਾਂ ਲੈ ਸਕਦਾ ਹਾਂ ਪੱਕਾ, ਪਰ ਉਸ ਤੋਂ ਇਲਾਵਾ ਹਾਂ, ਇਸ ਤਰ੍ਹਾਂ ਦੀ ਜੂਥ ਇਨਕਾਊਂਟਰ, ਜੂਥ ਮੁਕਾਬਲੇ ਅਸੀਂ ਕਹਿ ਸਕਦੇ ਹਾਂ ਨਾ। ਸੋ ਇਸ ਇਤਿਹਾਸ ਦਾ, ਉਹ ਜੂਥ ਇਨਕਾਊਂਟਰ ਦਾ 84 ਤੋਂ ਬਾਅਦ, ਹਾਂ ਹਾਂ, ਇਸ ਤਰ੍ਹਾਂ ਦੇ ਇਤਿਹਾਸ ਇੱਥੇ ਬਹੁਤ ਸਪਸ਼ਟ ਹੈ। ਜੇ ਇਸ ਦੇ ਬਾਰੇ ਤੁਸੀਂ ਮੈਨੂੰ ਪੁੱਛ ਰਹੇ ਹੋ, ਉਹ ਤੁਹਾਡੀ ਸਵਾਲ ਸੀ, ਹੈ ਨਾ। ਬਿਲਕੁਲ ਜੀ, ਬਿਲਕੁਲ, ਠੀਕ ਹੈ, ਸਹੀ ਜਵਾਬ ਦਿੱਤਾ ਜੀ 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 ਜੀ। ਇੱਥੋਂ ਦੇ ਨੌਜਵਾਨਾਂ ਨੂੰ ਤੁਸੀਂ ਮਿਲਦੇ ਹੋਵੋਗੇ, USA ਦੇ ਵਿੱਚ ਕਿਹਾ ਜਾਂਦਾ ਕਿ ਇਹੀ ਮੁੰਡੇ ਉੱਧਰ ਜਾ ਕੇ ਬਹੁਤ ਕੰਮ ਕਰਦੇ ਨੇ, ਇੱਧਰ ਘੱਟ ਕਰਦੇ ਨੇ, ਇਹੋ ਜਿਹਾ ਕੁਛ ਤੁਸੀਂ ਵੀ ਮਹਿਸੂਸ ਕੀਤਾ ਜਾਂ ਸਾਡੇ ਹੀ ਬਜ਼ੁਰਗਾਂ ਦੇ ਵਹਿਮ ਨੇ? ਹਾਂ, ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਪੱਕਾ, ਕਿਉਂਕਿ ਇੱਥੇ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ। ਬਿਲਕੁਲ ਸਹੀ ਹੈ, ਮੈਂ ਇਹਦੇ ਬਾਰੇ ਕੁਛ ਝੂਠ ਕਰੇ ਨਹੀਂ ਕਹਿ ਸਕਦਾ ਹਾਂ, ਪਰ ਵੀ ਸਹੀ ਨਾਲ ਸਪਸ਼ਟ ਨਾਲ ਮੈਂ ਕਹਿ ਸਕਦਾ ਹਾਂ ਕਿ ਅਮਰੀਕੀ ਦੀ ਆਰਥਿਕ ਸਥਿਤੀ ਇੱਕੋ ਜਿਹਾ ਹੋ ਜਾ ਰਿਹਾ ਹੈ ਅੱਜ ਕੱਲ੍ਹ। ਸੋ ਅਮਰੀਕਾ ਜਾਣ, ਤੁਹਾਨੂੰ ਗੰਦੀ ਖੰਮ ਦੀ ਲੋੜ ਹੋ ਸਕਦਾ ਹੈ, ਇਹ ਮੁਮਕਿਨ ਹੈ, ਬਿਲਕੁਲ ਮੁਮਕਿਨ ਹੈ। ਇੱਥੇ ਕੰਮ ਕਰਨ ਬਿਲਕੁਲ ਮੁਸ਼ਕਿਲ ਹੈ, ਇੱਥੇ ਜ਼ਿੰਦਗੀ ਜਿਉਣ ਬਹੁਤ ਮੁਸ਼ਕਿਲ ਹੈ, ਪਰ ਵੀ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਖਰਚੇ ਆਮ ਹੋ ਜਾ ਰਹੇ ਨੇ, ਵੀ ਇਸ ਤਰ੍ਹਾਂ ਦੀ ਮੁਸ਼ਕਿਲਾਂ ਆਮ ਹੋ ਜਾ ਰਹੇ ਨੇ ਜੀ। ਹਾਂਜੀ, ਇੱਕ ਪੰਜਾਬ ਦੇ ਵਿੱਚ ਨਾ ਖਾਣਾ ਬੜਾ ਫੇਮਸ ਹੈ ਇੱਥੋਂ ਦਾ ਫੂਡ, ਅਤੇ ਤੁਹਾਨੂੰ ਕਿਵੇਂ ਲੱਗਿਆ, ਪਸੰਦ ਆਇਆ ਜਾਂ ਉੱਧਰ ਦਾ ਕਿਹੋ ਜਿਹਾ? ਹਾਂ, ਸੋ ਸਾਰੇ ਦੋਸਤ ਸੰਸਾਰਦੀਪ ਹੁਣ ਤੋਂ ਪਹਿਲਾਂ ਮੈਨੂੰ ਇਹੀ ਸਵਾਲ ਪੁੱਛ ਰਹੇ ਸੀ ਉਸ ਤੋਂ ਪਹਿਲਾਂ। ਹਾਂ, ਸੋ ਪੰਜਾਬੀ ਖਾਣਾ ਮੈਨੂੰ ਬਹੁਤ ਸਵਾਦ ਲੱਗਦਾ ਹੈ, ਪਰ ਬੁਰਾ ਨਾ ਮੰਨੋ, ਮੈਂ ਤੁਹਾਨੂੰ ਦੱਸਣਾ ਇੱਥੇ ਬਹੁਤ ਸਵਾਦ ਹੈ। ਸਰ ਪਰ ਮੈਂ, ਮਾਫ ਕਰੋ ਸਾਹਿਬ, ਮੈਂ ਜ਼ਿਆਦਾ ਨੋਨ ਵੈਜ ਖਾਂਦਾ ਹਾਂ। ਸੋ ਮੇਰੀ ਦਿਲ ਦੇ ਵਿੱਚ ਮੇਰੀ ਸੋਚ ਹੈ ਕਿ ਹਾਂ, ਲੈਂਦੇ ਪੰਜਾਬ ਦੇ ਵਿੱਚ ਸ਼ਾਇਦ ਖਾਣਾ ਜ਼ਿਆਦਾ ਸਵਾਦ ਹੋ ਜੂ, ਹੈ ਨਾ। ਸੋ ਇੱਥੇ ਮੈਂ ਹਾਂ, ਹਰ ਸਰਦੀ ਮੌਸਮ ਦੇ ਵਿੱਚ ਮੈਂ ਬਹੁਤ ਪਾਲਕ ਖਾਂਦਾ ਹਾਂ, ਮੈਂ ਬਹੁਤ ਸਾਗ ਮੱਕੀ ਦੀ ਰੋਟੀ ਖਾਂਦਾ ਹਾਂ ਪੱਕਾ, ਪਰ ਸਭ ਤੋਂ ਸਵਾਦ ਮੈਨੂੰ ਸ਼ਾਇਦ ਮਟਨ ਰਾੜਾ ਜਾਂ ਕੀਮਾ ਕਲਾ ਜੀ ਲੱਗਦਾ ਹੈ। ਇਹਦਾ ਮਤਲਬ ਹੁਣ ਤੁਸੀਂ ਪਾਕਿਸਤਾਨ ਭੱਜਣ ਦੀ ਤਾਕ 'ਚ ਹੋ? ਹਾਂ, ਮੈਨੂੰ ਬਹੁਤ ਸਵਾਦ ਲੱਗਦੀ ਹੈ, ਪਰ ਇੱਥੇ ਕੀਮਾ ਕਲਾ ਜੀ ਵੀ ਸਾਡੇ ਪੰਜਾਬ ਦੇ ਵਿੱਚ ਹੈ ਵੀ, ਹੈ ਨਾ, ਬਹੁਤ ਸਵਾਦ ਲੱਗਦੀ ਹੈ ਜੀ 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 ਜੀ। ਸ਼ੁਕਰੀਆ ਜੀ। ਤਾਂ ਇਹ ਵੀਰ ਦਵਿੰਦਰ ਸਿੰਘ ਮੇਰੇ ਨਾਲ ਮੌਜੂਦ ਸੀ। ਇੱਕ ਆਖਰੀ ਸਵਾਲ ਰਹਿ ਗਿਆ, ਤੁਹਾਡਾ ਨਾਮ ਕਿੰਨਾ ਨੇ ਰੱਖਿਆ? ਕਿੰਨਾ ਦੇੜ ਦਵਿੰਦਰ ਬਚਪਨ ਤੋਂ ਕਿੰਨਾ ਨੇ ਰੱਖਿਆ? ਕਿੰਨਾ ਨੇ ਰੱਖਿਆ? ਕਿੰਨਾ ਨੇ? ਮੇਰੇ ਪਿਤਾ ਜੀ, ਮੇਰੇ ਮਾਤਾ ਜੀ। ਹਾਂ, ਉਹ ਆਮ ਹੈ ਕਿ ਇੱਕ ਬੰਦੇ ਦਾ ਨਾਮ ਉਹਦੇ ਦੇ ਮਾਂ ਬਾਪ ਤੋਂ ਆਇਆ ਹੈ ਨਾ, ਉਹ ਘੱਟ ਵਾਲੀ ਗੱਲ ਹੈ ਨਾ, ਉਹ ਤੋਂ ਅਜੀਬ ਲੱਗਿਆ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਧਰੋਂ ਕੋਈ ਪਰਮਿੰਦਰ ਜਾਂਦਾ ਹੈ ਜਾਂ ਉਹ ਜਾਂ ਕੁੜੀ ਪਰਮਿੰਦਰ ਪੈਮ ਬਣ ਜਾਂਦੀ ਹੈ, ਪੈਰੀ ਬਣ ਜਾਂਦਾ ਆ, ਹੈ ਨਾ, ਤੇ ਗੁਰਵਿੰਦਰ ਜਾਂਦਾ ਤੇ ਗੈਵੀ ਬਣ ਜਾਂਦਾ ਹੈ, ਤੁਸੀਂ ਕਿਵੇਂ ਫਿਰ ਦਵਿੰਦਰ ਦੇ ਦਵਿੰਦਰ ਹੀ ਹੋ? ਸਿਰਫ ਕਿਉਂਕਿ ਪੰਜਾਬੀ ਮੁੰਡੇ ਅਮਰੀਕਾ ਦੇ ਵਿੱਚ ਮੇਰੇ ਕੋਲ ਨਹੀਂ ਸੀ ਜਦੋਂ ਮੈਂ ਜਵਾਨ ਸੀ, ਸੋ ਇਸ ਕਰਕੇ ਜਦੋਂ ਲੋਕ ਕਹਿੰਦੇ ਕਿ ਤੂੰ ਦੇਵ ਹੈ, ਕਿ ਤੂੰ ਦੇਵ ਹੈ, ਦਵਿੰਦਰ ਆ, ਬਾਕੀ ਦਵਿੰਦਰ ਰਹਿੰਦਾ ਹੈ ਨਾ। ਤੁਸੀਂ ਆਪਦੇ ਨਾਮ ਨਾਲ ਕੋਈ ਛੇੜਛਾੜ ਨਹੀਂ ਕਰਦੇ? ਸਿਰ ਪੰਜਾਬੀ ਮੁੰਡਾ ਸੀ, ਪੰਜਾਬੀ ਮੁੰਡਾ ਆ, ਹੈ ਨਾ, ਪੂਰੇ ਪੰਜਾਬੀ ਨਹੀਂ, ਟੇਟ ਪੰਜਾਬ, ਟੇਟ ਪੰਜਾਬੀ ਮੁੰਡਾ ਨਹੀਂ ਆ, ਹੈ ਨਾ, ਮੇਰੇ ਖੂਨ 'ਚ ਜ਼ਿਆਦਾ ਪਾਣੀ ਸ਼ਾਇਦ ਜ਼ਹਿਰੀ ਪਾਣੀ ਸ਼ਾਇਦ ਹੋ ਗਿਆ, ਹੈ ਨਾ, ਪਰ ਤਾਂ ਸੋ ਇਸ ਕਰਕੇ ਪੰਜਾਬੀ ਨਾਮ ਰੱਖਿਆ। ਨਹੀਂ ਜੀ, ਜਿਨ੍ਹਾਂ ਦੀ ਜ਼ੁਬਾਨ 'ਤੇ ਪੰਜਾਬੀ ਹੈ ਉਹ ਪੰਜਾਬੀ ਹੈ, ਉਹ ਸਾਡਾ ਪੰਜਾਬੀ ਹੈ, ਚਾਹੇ ਉਹ ਦੇਖਣ ਦੇ ਵਿੱਚ ਨਾ ਲੱਗੇ ਪਰ ਉਹ ਪੰਜਾਬੀ ਹੀ ਹੈ। ਤਾਂ ਇਹ ਮੇਰੇ ਨਾਲ ਵੀਰ ਦਵਿੰਦਰ ਸਿੰਘ ਮੌਜੂਦ ਸੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਬਹੁਤ ਸੋਹਣੀ ਗੱਲਬਾਤ ਇਹਨਾਂ ਨੇ ਪੰਜਾਬੀ ਦੇ ਵਿੱਚ ਕੀਤੀ ਔਰ ਪੰਜਾਬੀ ਦੇ ਉੱਤੇ ਹੀ ਰਿਸਰਚ ਕਰ ਰਹੇ ਆ, ਪੰਜਾਬ ਦੇ ਵਿੱਚ ਆਏ ਹੋਏ ਆ, ਪੰਜਾਬ ਦੇ ਵਿੱਚ ਹੀ ਜੌਬ ਕਰਦੇ ਨੇ ਔਰ
ਅੱਜ ਇਹਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ, ਬਹੁਤ ਚੰਗਾ ਲੱਗਿਆ ਇਹਨਾਂ ਦੇ ਨਾਲ ਗੱਲਬਾਤ ਕਰਕੇ। ਤੁਹਾਨੂੰ ਇਹਨਾਂ ਦੀ ਪੰਜਾਬੀ ਕਿਵੇਂ ਦੀ ਲੱਗੀ, ਗੱਲਬਾਤ ਕਿਵੇਂ ਦੀ ਲੱਗੀ, ਔਰ ਖਾਸ ਤੌਰ 'ਤੇ ਇਹਨਾਂ ਦੀ ਸੋਚ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਝਲਕਦੀ ਸੀ, ਉਹਦੇ ਬਾਰੇ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਰਾਏ ਰੱਖਣਾ।